ਸੰਤ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ, ਬੜੀ ਮਹਾਨ ਕਿਰਪਾ ਸੀ ਸਾਧ ਸੰਗਤ, ਬੜੀ ਮਹਾਨ। ਇਹਨਾਂ ਦੇ ਮੁਰਸ਼ਦ ਸਨ ਬਾਬਾ ਸਾਹਿਬ ਸਿੰਘ ਜੀ ਬੇਦੀ, ਜਿਨ੍ਹਾਂ ਨੇ ਬੜਾ ਇਹਨਾਂ ਨੂੰ ਸਾਧ ਸੰਗਤ ਗਿਆਨ ਵੀ ਦਿੱਤਾ ਅਤੇ ਬੜਾ ਸਾਧਨਾ ਵੀ, ਬੜੀ ਘਾਲਣਾ ਵੀ ਕਾਲਵਾਈ। ਬਾਬਾ ਭਾਗ ਸਿੰਘ ਜੀ ਹਾਲੇ ਚੜ੍ਹਦੀ ਜਵਾਨੀ ਵਿੱਚ ਸਨ, ਚੜ੍ਹਦੀ ਜਵਾਨੀ ਦੀ ਉਮਰ ਸੀ ਹਾਲੇ। ਅਤੇ ਉਹਨਾਂ ਦੇ ਜੀਵਨ ਵਿੱਚੋਂ ਇੱਕ ਦ੍ਰਿਸ਼ਟਾਂਤ ਮਿਲਦਾ, ਮੈਨੂੰ ਬੜਾ ਚੰਗਾ ਲੱਗਿਆ, ਮੈਂ ਮਨ ਕੀਤਾ ਕਿ ਸੰਗਤ ਅੱਗੇ ਰੱਖਿਆ ਜਾਵੇ। ਪਤਾ ਨਹੀਂ ਕੀ ਮੌਜੇ ਆਈ, ਵੇਸ਼ਵਾਵਾਂ ਦੇ ਬਾਜ਼ਾਰ 'ਚ ਤੁਰ ਪਏ ਸੰਤ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ, ਵੇਸ਼ਵਾਵਾਂ ਦੇ ਬਾਜ਼ਾਰ 'ਚ ਤੁਰ ਪਏ। ਹੁਣ ਜਦੋਂ ਉਸ ਬਾਜ਼ਾਰ ਦੇ 'ਚ ਵੜੇ ਨੇ, ਸਾਰੇ ਵੇਖ ਕੇ ਰਾਣ, ਇਹ ਕਿਹੜਾ ਆ ਗਿਆ, ਚੋਲਾ ਜਿਹਾ ਪਾਇਆ, ਸਿੱਧਰੀ ਜੀ ਪੱਗ ਬੰਨੀ, ਇਹ ਨੌਜਵਾਨ ਜਿਹਾ ਮੁੰਡਾ, ਭੇਖ ਤੋਂ ਤਾਂ ਕੋਈ ਸਾਧਕ ਲੱਗਦਾ, ਕੋਈ ਸਾਧੂ ਲੱਗਦਾ, ਇਹ ਕਿਤੇ ਤੁਰਿਆ ਆ ਰਿਹਾ। ਉਸ ਥਾਂ 'ਤੇ ਪਹੁੰਚ ਕੇ ਨਾ ਇੱਕ ਕੋਠਾ ਦੇਖਿਆ, ਜਿੱਥੇ ਇੱਕ ਨੌਜਵਾਨ ਕੁੜੀ ਖੜ੍ਹੀ ਹੋਈ ਹੈ। ਹੁਣ ਉਹਨਾਂ ਦਾ ਸਾਧ ਸੰਗਤ ਉਹ ਕਿਰਤ ਹੈ, ਉਹਨਾਂ ਦਾ ਧੰਦਾ, ਉਹ ਆਪਣੇ ਗਾਹਕ ਨੂੰ ਉਡੀਕਦੀ ਪਈ। ਬਾਬਾ ਭਾਗ ਸਿੰਘ ਜੀ ਪੌੜੀਆਂ ਚੜ੍ਹ ਕੇ, ਪੌੜੀਆਂ ਚੜ੍ਹ ਕੇ ਨਾ ਉਸ ਕੁੜੀ ਦੇ, ਉਹ ਕੁੜੀ ਵੀ ਨੌਜਵਾਨ ਅਵਸਥਾ ਦੀ, ਕੁੜੀ ਦੇ ਸਾਹਮਣੇ ਜਾ ਕੇ ਖੜ੍ਹੇ ਹੋ ਗਏ। ਜਦੋਂ ਕੁੜੀ ਨੇ ਵੇਖਿਆ ਕਿ ਇਹ ਕੌਣ ਹੈ, ਕਹਿੰਦੇ ਇਹ ਮੇਰਾ ਗਾਹਕ ਨਹੀਂ ਹੋ ਸਕਦਾ, ਚਿਹਰੇ 'ਤੇ ਜਲਾਲ ਹੈ, ਨਾਮ ਦੇ ਝਲਕਾਰੇ ਨੇ। ਉਹ ਜੀਵਨ ਵਾਲੇ ਦਾ ਪਤਾ ਲੱਗ ਜਾਂਦਾ ਸਾਧ ਸੰਗਤ, ਜੀਵਨ ਵਾਲਾ ਕੁਝ ਵੀ ਨਾ ਬੋਲੇ, ਨਾ ਖੜਾ ਹੀ ਹੋ ਜਾਵੇ, ਪਤਾ ਲੱਗ ਜਾਂਦਾ, ਕਹਿੰਦੇ ਮੇਰਾ ਗਾਹਕ ਨਹੀਂ ਹੋ ਸਕਦਾ। ਬਾਬਾ ਭਾਗ ਸਿੰਘ ਜੀ ਨੇ ਬੜੀ ਮਿਹਰ ਦੀ ਨਜ਼ਰ ਪਾਈ ਉਸ ਬੀਬੀ 'ਤੇ, ਬੜੀ ਮਿਹਰ ਦੀ ਨਜ਼ਰ, ਖਾਲੀ ਇੰਨਾ ਹੀ ਕਿਹਾ, ਕਹਿੰਦੇ ਭੈਣ ਇਹ ਤੇਰੀ ਥਾਂ ਨਹੀਂ, ਆਖੋ ਸਤਨਾਮ, ਇਹ ਤੇਰੀ ਥਾਂ ਨਹੀਂ। ਬਸ ਇੰਨੀ ਸੁਣਨ ਦੀ ਦੇਰ ਸੀ ਸਾਧ ਸੰਗਤ, ਜਿਹੜੀ ਵਾਸ਼ਨਾ ਉਸ ਕੁੜੀ 'ਤੇ ਚੜ੍ਹੀ ਹੋਈ ਸੀ ਸਾਰੀ ਲੱਗ ਗਈ, ਚਰਨਾਂ 'ਤੇ ਡਿੱਗੀ। ਕਹਿੰਦੇ ਮੈਂ ਤੁਹਾਡਾ ਚਿਹਰਾ ਵੇਖਿਆ, ਤੁਹਾਡਾ ਜਾਲੋ ਜਲਾਲ ਵੇਖਿਆ, ਕਹਿੰਦੇ ਮੈਨੂੰ ਸਮਝ ਲੱਗ ਗਈ ਸੀ ਤੁਸੀਂ ਉਸ ਇਰਾਦੇ ਦੇ ਨਾਲ ਨਹੀਂ ਆਏ, ਕਹਿੰਦੇ ਤੁਸੀਂ ਭਲੇ ਪੁਰਸ਼ ਲੱਗਦੇ ਹੋ, ਸਾਧਕ ਲੱਗਦੇ ਹੋ, ਕਹਿੰਦੇ ਮੈਂ ਅੰਦਰੋਂ ਤੱਪੀ ਹੋਈ ਹਾਂ, ਗਣਕਾ ਪਾਪਣ ਵਾਂਗ, ਕਹਿੰਦੇ ਮੈਂ ਤੱਪੀ ਹੋਈ ਹਾਂ, ਅੰਦਰੋਂ ਕਲਪੀ ਹੋਈ ਹਾਂ, ਅੰਦਰੋਂ ਅਗਨ ਦੇ 'ਚ ਸੜਦੀ ਪਈ ਹਾਂ, ਪਰ ਕਰਾਂ ਕੀ, ਕੋਈ ਚਾਰਾ ਨਹੀਂ, ਕੋਈ ਕੱਢਣ ਵਾਲਾ ਨਹੀਂ ਮੈਨੂੰ ਇੱਥੋਂ, ਕਹਿੰਦੇ ਮੇਰੇ 'ਤੇ ਕਿਰਪਾ ਕਰੋ, ਕੋਈ ਤਰੀਕਾ ਬਣਾਓ ਮੈਨੂੰ ਇੱਥੋਂ ਕੱਢੋ, ਕੀ ਮੈਂ ਇਸ ਕੰਮ ਤੋਂ ਨਿਕਲ ਸਕਦੀ, ਕੀ ਮੇਰਾ ਭਲਾ ਹੋ ਸਕਦਾ। ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਕਹਿਣ ਲੱਗੇ, ਕਹਿੰਦੇ ਭੈਣੇ ਪਰਮੇਸ਼ਰ ਨੇ ਤੇਰਾ ਭਲਾ ਕਰਨ ਵਾਸਤੇ ਹੀ ਤਾਂ ਮੈਨੂੰ ਇਸ ਥਾਂ 'ਤੇ ਭੇਜਿਆ ਹੈ, ਤੇਰੇ ਭਲੇ ਵਾਸਤੇ ਹੀ ਪਰਮੇਸ਼ਰ ਨੇ ਮੈਨੂੰ ਭੇਜਿਆ, ਅਤੇ ਕਹਿੰਦੇ ਮੈਂ ਕੀ ਕਰਾਂ ਦੱਸੋ।
ਕਹਿੰਦੇ ਸਭ ਤੋਂ ਪਹਿਲਾਂ ਜੇ ਬਚਨ ਮੰਨੇ ਆ ਘਰ ਇਸ ਬਾਪ ਦੀ ਕਮਾਈ ਤੋਂ ਬਣਿਆ। ਕਹਿੰਦੇ ਜੀ ਮਹਾਰਾਜ। ਆ ਜਿੰਨਾ ਸਮਾਨ ਇਹ ਬਾਪ ਦੀ ਕਮਾਈ ਦਾ ਜੀ ਮਹਾਰਾਜ। ਇਹ ਹੋਰ ਸੁੱਖ ਸਾਧਨ ਸਾਰੇ ਜੀ ਬਾਪ ਦੀ ਕਮਾਈ ਦੇ। ਕਹਿੰਦੇ ਲੁਟਾ ਦੇ ਲੁਟਾ ਦੇ, ਗਰੀਬਾਂ 'ਚ ਲੁਟਾ ਦੇ, ਮਕਾਨ ਵੇਚ ਦੇ, ਸਭ ਕੁਝ ਵੇਚ ਦੇ, ਲੁਟਾ ਦੇ ਗਰੀਬਾਂ ਦੇ ਵਿੱਚ। ਕਹਿੰਦੇ ਜੀ ਸੱਤ। ਉਸ ਤੋਂ ਬਾਅਦ ਕਹਿੰਦੇ ਜੰਗਲ ਦੇ ਵਿੱਚ ਜਾ, ਕੁਟੀਆ ਬਣਾ, ਕਹਿੰਦੇ ਸੇਵਾ ਦੇ ਵਿੱਚ ਲੱਗ ਜਾ, ਸੇਵਾ ਦੇ ਵਿੱਚ ਲੱਗ ਜਾ ਤੂੰ। ਪਸ਼ੂ ਪੰਛੀ ਉਹਨਾਂ ਦੀ ਸੇਵਾ ਕਰ। ਦੇਖੋ ਤਰੀਕੇ ਸਾਧ ਸੰਗਤ, ਤਰੀਕੇ ਮਹਾਂਪੁਰਖਾਂ ਦੇ ਤਾਰਨ। ਕਹਿੰਦੇ ਜਿਹੜੇ ਪਸ਼ੂ ਨੇ ਪੰਛੀ ਨੇ ਉਸ ਰੱਬ ਦੇ ਬਣਾਏ ਹੋਏ ਜੀ ਨੇ ਜਿਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਦਾ, ਤੂੰ ਜਾ ਕੇ ਉਹਨਾਂ ਦੀ ਸੇਵਾ ਕਰ। ਕਹਿੰਦੇ ਜੀ ਸੱਤ ਬੱਚੇ। ਕਹਿੰਦੇ ਜੀ ਇਸ ਤੋਂ ਬਾਅਦ ਕਹਿੰਦੇ ਫਿਰ ਆ ਕੇ ਦੱਸਾਂਗੇ। ਕਹਿੰਦੇ ਮਹਾਰਾਜ ਤੁਸੀਂ ਕੌਣ, ਕਿੱਥੋਂ ਆਏ, ਮੈਂ ਕਿੱਥੇ ਲੱਭਾਂਗੀ। ਕਹਿੰਦੇ ਘਬਰਾ ਨਾ, ਜਿਸ ਪਰਮੇਸ਼ਰ ਨੇ ਹੁਣ ਭੇਜਿਆ ਕਹਿੰਦੇ ਉਹ ਅੱਗੇ ਵੀ ਭੇਜੇਗਾ, ਮੈਂ ਅੱਗੇ ਵੀ ਤੈਨੂੰ ਮਿਲਾਂਗਾ। ਹਾਲੇ ਇੰਨਾ ਹੀ ਹੈ ਜਿਹੜਾ ਅਗਲੀ ਸਿੱਖਿਆ ਹੈ ਨਾ। ਕਹਿਣ ਲੱਗੇ ਕਹਿੰਦੇ ਪਹਿਲੇ ਆਪਣੀ ਧਰਤੀ ਸਾਫ਼ ਕਰ ਲੈ, ਆਪਣੀ ਧਰਤੀ ਪੱਤਰ ਕਰ ਲੈ। ਬੜੇ ਟੋਏ ਟਿੱਬੇ ਨੇ ਤੇਰੀ ਧਰਤੀ ਦੇ ਵਿੱਚ, ਪਹਿਲੇ ਪੱਧਰੀ ਕਰ ਲੈ। ਕਹਿੰਦੇ ਫਿਰ ਦੱਸਾਂਗੇ ਕਿਹੜਾ ਬੀਜ ਪਾਉਣਾ ਅਤੇ ਉਸ ਬੀਜ ਦੀ ਕਿਵੇਂ ਸੰਭਾਲ ਕਰਨੀ ਆ। ਆਖੋ ਸਤਨਾਮ। ਬਚਨ ਮੰਨਿਆ ਉਸ ਕੁੜੀ ਨੇ, ਨੌਜਵਾਨ ਕੁੜੀ ਸੀ, ਸਭ ਕੁਝ ਵੇਚ ਦਿੱਤਾ, ਬਾਹਰ ਜੰਗਲਾਂ ਦੇ ਵਿੱਚ ਕੁਟੀਆ ਪਾ ਲਈ। ਜਿਹੜਾ ਜੀ ਮਿਲੇ ਉਹਦੀ ਸੇਵਾ, ਸੇਵਾ ਦੇ ਵਿੱਚ ਉਤਰ ਗਈ। ਘਰੋਂ ਸਮਾਨ ਲੈਣਾ, ਬਾਜ਼ਾਰ ਜਾਣਾ, ਜਿਹੜੇ ਪਸ਼ੂ ਲਫੰਡਰ ਨੇ ਜਿਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਉਹਨਾਂ ਦੀ ਸੇਵਾ ਕਰਨੀ, ਪਾਣੀ ਪਿਲਾਉਣਾ, ਉਹਨਾਂ ਨੂੰ ਚਾਰਾ ਦੇਣਾ, ਹੋਰ ਜਿੱਦਾਂ ਵੀ ਪਸ਼ੂ ਪੰਛੀਆਂ ਦੀ ਸੇਵਾ 'ਚ ਉਤਰ ਗਈ। ਹੌਲੀ ਹੌਲੀ ਮਨ ਸਾਧਸੰਗ ਨਿਰਮਲ ਹੋ ਰਿਹਾ, ਹੌਲੀ ਹੌਲੀ ਨਿਰਮਲ ਹੋ ਰਿਹਾ। ਕਹਿੰਦੇ ਇੱਕ ਦਿਨ ਆਇਆ ਮਹਾਂਪੁਰਖ ਬਾਬਾ ਭਾਗ ਸਿੰਘ ਜੀ, ਇਹ ਵਿਚਰਦੇ 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 ਉੱਥੇ ਪਹੁੰਚ ਗਏ। ਆਖੋ ਸਤਨਾਮ। ਉਹਦੀ ਕੁਟੀਆ ਦੇ ਬਾਹਰ ਜਾਂ ਦੀਦਾਰੇ ਕੀਤੇ, ਨਮਸਕਾਰ ਕੀਤੀ ਮਹਾਂਪੁਰਖਾਂ ਨੂੰ। ਕਹਿੰਦੇ ਮੈਨੂੰ ਪਤਾ ਸੀ ਤੁਸੀਂ ਜ਼ਰੂਰ ਆਓ, ਵਿੱਚ ਮਜਦਾਰ ਦੇ ਨਹੀਂ ਛੱਡ ਕੇ ਜਾਓਗੇ। ਕਹਿੰਦੇ ਸਾਨੂੰ ਇਹ ਇਸ਼ਾਰਾ ਹੈ ਸਤਿਗੁਰੂ ਵੱਲੋਂ। ਕਹਿੰਦੇ ਹੁਣ ਤੇਰੀ ਜ਼ਮੀਨ ਪੱਧਰੀ ਹੈ। ਕਹਿੰਦੇ ਬੀਬਾ ਹੁਣ ਨਾਮ ਜਪ, ਹੁਣ ਭਜਨ ਕਰ। ਉਹਨੂੰ ਵਿਧੀ ਦਿੱਤੀ, ਉਹਨੂੰ ਤਰੀਕਾ ਦਿੱਤਾ, ਗੁਰੂ ਦੀ ਸਿੱਖਿਆ ਜਿਹੜੀ ਸੀ ਉਹ, ਜਿਹੜਾ ਇਸ ਜੀਵ ਨੂੰ ਭਵ ਸਾਗਰ ਤੋਂ ਪਾਰ ਲੰਘਾਉਣ ਵਾਸਤੇ ਸਹਾਇਕ ਹੈ, ਉਹ ਸਿੱਖਿਆ ਉਸ ਬੀਬੀ ਨੂੰ ਸਿੱਖਿਆ ਪੜ੍ਹਾਈ। ਕਹਿੰਦੇ ਬੀਬਾ ਆਹ ਕੰਮ ਕਰਨਾ ਹੈ, ਸਭ ਤੋਂ ਪਹਿਲੇ ਅੰਮ੍ਰਿਤ ਵੇਲੇ ਉੱਠਣਾ ਹੈ, ਕੇਸੀ ਇਸ਼ਨਾਨ ਕਰਕੇ ਭਜਨ ਕਰਨਾ, ਸਾਈਂ ਦੀ ਯਾਦ 'ਚ ਜੁੜਨਾ, ਹਰ ਜੀ ਦੇ ਵਿੱਚ ਉਹਦੀ ਜੋਤ ਵੇਖਣੀ ਹੈ। ਆਖੋ ਸਤਨਾਮ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਕੇ ਚਾਨਣ, ਸਭ ਮੈਂ ਚਾਨਣ ਗੁਰਸਾਖੀ ਜੋਤ ਪ੍ਰਗਟ। ਕਹਿੰਦੇ ਸਭ ਵਿੱਚ ਉਹਦੀ ਜੋਤ ਵੇਖ ਕੇ ਉਹਨਾਂ ਦੀ ਸੇਵਾ ਕਰਨੀ, ਭਜਨ ਦੇ ਵਿੱਚ ਲਾ ਦਿੱਤਾ,
ਸਿੱਖਿਆਵਾਂ ਦਿੱਤੀਆਂ ਗੁਰੂ ਦੀਆਂ ਸਾਧ ਸੰਗਤ ਜੀ। ਕੁਝ ਦਿਨ ਨੇੜੇ ਹੀ ਸਥਾਨ ਉਹਨਾਂ ਨੇ ਆਪਣਾ ਬਣਾਇਆ, ਉੱਥੇ ਰਹੇ, ਸਿੱਖਿਆਵਾਂ ਦੇ ਕੇ ਫਿਰ ਸਾਧ ਸੰਗਤ ਉਹ ਬੀਬੀ ਦਾ ਪਾਰ ਉਤਾਰਾ ਕੀਤਾ ਅਤੇ ਪਾਰ ਉਤਾਰਾ ਕਰਕੇ ਲੰਘ ਗਏ। ਭਾਈ ਗੁਰਦਾਸ ਜੀ ਕਹਿੰਦੇ ਮੈਂ ਸਦਕੇ ਐਸੇ ਗੁਰਸਿੱਖਾਂ ਤੋਂ ਸਦਕੇ, ਜਿਹੜੇ ਆਪ ਕਮਾਉਂਦੇ ਨੇ ਅਤੇ ਆਪ ਕਮਾ ਕੇ ਦੂਜਿਆਂ ਨੂੰ ਵੀ ਕਮਾਉਣ ਦੀ ਜਾਚ ਦੱਸਦੇ ਨੇ। ਸਾਧ ਸੰਗਤ ਸਦਕੇ ਜਾਈਏ ਸਦਕੇ, ਉਹ ਕੋਈ ਆਮ ਬੰਦੇ ਨੂੰ ਤਾਂ ਸਿੱਖਿਆ ਦੇਗਾ, ਪਰ ਐਸੀ ਨੀਵੀਂ ਥਾਂ 'ਤੇ ਜਾ ਕੇ ਕੋਈ ਕਿਸੇ ਦਾ ਜੀਵਨ ਬਦਲੇ? ਐਸੀ ਨੀਵੀਂ ਥਾਂ 'ਤੇ ਜਾ ਕੇ ਉਹ ਬੀਬੀ ਜਿਹੜਾ ਨੀਵਾਂ ਕਰਮ ਕਰਦੀ ਸੀ, ਮਾੜਾ ਕੰਮ ਕਰਦੀ ਸੀ, ਧੰਨ ਐਸੇ ਮਹਾਂਪੁਰਖ ਸਾਧ ਸੰਗਤ ਪਰਵਾਹ ਨਹੀਂ ਕੀਤੀ ਕਿ ਦੁਨੀਆ ਕੀ ਬੋਲੇਗੀ। ਆਖੋ ਸਤਨਾਮ, ਦੁਨੀਆ ਕੀ ਬੋਲੇਗੀ।